मसला यह जी, परसों साडे कोले पुलिस वाले गए सी घरे, मैनू कहिंदे वी इत्थे चोरी हो गई बणियां दे पिंड च, ਉਹ ਕੀ ਉਹਦਾ ਨਾਂ ਸ਼ਰਮੇ ਗਏ ਪੰਡਤਾਂ ਦੇ, ਉਹ ਕਿਤੇ ਇਹਨਾਂ ਦੇ ਕੋਈ ਫੋਟੋ ਵਗੈਰਾ ਦੇਖ ਲਈ ਤੇ ਉਹ ਫੋਟੋ ਲੈ ਕੇ ਆਏ ਸੀ ਤੇ ਮੇਰੇ ਭਰਾਵਾਂ ਦਾ ਨਾਂ ਲੈਂਦੇ, ਕਹਿੰਦੇ ਵੀ ਇਹਦੀ ਫੋਟੋ ਮੈਚ ਹੁੰਦੀ ਆ ਉਹਦੇ ਨਾਲ, ਇੱਕ ਤਾਂ ਸੀਪੇ ਦਾ ਨਾਂ ਲੈਂਦੇ ਆ ਜੀ, ਇੱਕ ਨੂੰਗਰ ਦਾ ਨਾਂ ਲੈਂਦੇ ਜੀ, ਕਿਹਦੇ ਨਾਂ ਦੇ ਮਾਣੇ ਦਾ। ਵੈਰੀਫਿਕੇਸ਼ਨ 2 ਦਿਨ ਹੋ ਗਏ ਕਰਵਾਉਂਦਿਆਂ ਨੂੰ, ਮਤਲਬ ਰਾਤ ਨੂੰ ਲੈ ਆਉਂਦਾ, ਕੱਲ ਪੁਲਿਸ ਮਤਲਬ SHO ਸਾਹਿਬ ਆਪ ਹੀ ਚੱਕ ਲਿਆ, ਇਹਨਾਂ ਨੂੰ ਧੱਕੇ ਨਾ ਮਨਾਉਂਦਾ, ਕਹਿੰਦਾ ਵੀ ਇੱਥੇ ਤੇਰੇ ਕੋਲ ਆ ਸਾਰਾ ਕੁਛ ਤੇ ਇੱਥੋਂ ਕਢਾਉਣਾ, ਇਹ ਮੇਰੇ ਭਰਾ ਨੂੰ ਕਹਿੰਦਾ ਵੀ ਤੂੰ ਸਮਾਨ ਦੇ ਕਿੱਥੇ ਆ, ਇਹ ਕਹਿੰਦਾ ਮੈਂ ਗਰੀਬ ਬੰਦਾ ਮੈਂ ਸਮਾਨ ਕਿੱਥੋਂ ਦੇਵਾਂ। ਬਾਕੀ ਦੂਜੀ ਗੱਲ, ਜਿੱਦੇ ਦੀ ਚੋਰੀ ਹੋਈ ਹੈ, ਇਹ ਬੰਦਾ ਆ ਮਹਾਰਾਜ ਜੀ ਖੜੇ ਆ ਭਾਈ ਰੂਪੇ ਤੋਂ, ਜਿੱਦੇ ਕਾਂਡ ਹੁੰਦਾ ਉਹਦੇ ਸੁਬਹਾ 7:30 ਵਜੇ 8 ਵਜੇ ਮੇਰੇ ਹਿਸਾਬ ਨਾਲ ਚਲਾ ਗਿਆ, ਸਾਰੀ ਰਾਤ ਇਹ ਬਾਬਿਆਂ ਕੋਲ ਰਿਹਾ, ਰਾਤ ਨੂੰ 8 ਵਜੇ ਮਤਲਬ ਵਾਪਸ ਆਇਆ, ਇਹ ਢੋਲ ਵਜਾਉਂਦਾ, ਇਹ ਰੇੜਾ ਚਲਾਉਂਦਾ, ਇਹ ਲੇਬਰ ਕਰਦਾ, ਉਹਦੇ ਸਪੈਸ਼ਲ ਲੱਗਿਆ ਲਖਵੀਰਾ ਚੌਧਰੀ ਖੜਾ ਇਹਦੇ ਕੋਲ ਸਪੈਸ਼ਲ ਲਗਾਉਂਦਾ ਸੀ, ਇਹ ਬੰਦਾ ਉਹਦੇ ਰਗੇੜਿਆ ਲੈ ਕੇ ਗਿਆ ਵਾ ਸੀ, ਇਹ ਬੰਦਾ ਢੋਲ ਲੈ ਕੇ ਗਿਆ ਵਾ ਸੀ, ਆਹ ਮੁੰਡੇ ਨਾਲ ਰਹਿੰਦਾ ਸੀ, ਆਹ ਮਹਾਰਾਜ ਜੀ ਖੜੇ, ਇਹਨਾਂ ਨੂੰ ਪੁੱਛ ਲਓ ਵੀ ਕੀ ਗੱਲ ਆ, ਕਿੱਦੇ ਤੁਹਾਡੇ ਕੋਲ ਕਿੰਨੇ ਟਾਈਮ ਰਹਿ ਗਿਆ। SHO ਸਾਹਿਬ ਭਾਈ ਸਾਨੂੰ ਨਹੀਂ ਪਤਾ ਵੀ ਕਿਸ ਬੇਸ ਤੇ ਕਹਿ ਰਿਹਾ, ਰਾਤ ਦਾਰੂ ਪੀਤੀ ਵੀ ਸੀ, ਗਿਆ ਘਰੇ ਜਾ ਕੇ ਸਾਡੀਆਂ ਬੁੜੀਆਂ ਨੂੰ ਵੀ ਬਦਸਲੂਕੀ ਨਾਲ ਗੱਲ ਕੀਤੀ ਆ, ਮੇਰੀ ਵਾਈਫ 5 ਸਾਲ MC ਰਹਿ ਚੁੱਕੀ ਆ, ਇਹਨਾਂ ਨੇ ਉਹਨੂੰ ਇਹ ਗੱਲ ਕਹੀ ਆ ਵੀ ਕਹਿੰਦੀ ਸਰ ਤੁਸੀਂ ਮਾੜਾ ਤਮੀਜ਼ ਨਾਲ ਬੋਲੋ, ਤੇ ਮੈਂ ਸਾਬਕ MC ਰਹੀ ਹਾਂ, ਕਹਿੰਦਾ ਲੈ MC ਰਹੀ ਹਾਂ, ਕਹਿੰਦਾ ਤੈਨੂੰ ਹੁਣੇ ਨਾ ਮੌਜੂਦਾ MC ਬਣਾ ਦਿਆਂ, ਸਾਡੀ ਜਾਤੀ ਪ੍ਰਤੀ ਗਲਤ ਲਫ਼ਜ਼ ਬੋਲੇ ਉਹਨੇ, ਇਹਨਾਂ ਬੰਦਿਆਂ ਦਾ ਨਾਂ ਕੱਢਿਆ ਜਾਵੇ ਜੋ ਸਾਡੇ ਨਾਲ ਮਤਲਬ ਧੱਕਾ ਨਹੀਂ ਅਸੀਂ ਹੋਣ ਦੇਣਾ, ਠੀਕ ਆ, ਜੇ ਸਾਡੀ ਇੱਥੇ ਨਾ ਸੁਣਵਾਈ ਹੋਈ ਤਾਂ ਬਾਈ ਫਿਰ ਅਸੀਂ ਜੋ ਸਾਤੋਂ ਸੰਦਾ ਹੋਇਆ ਅਸੀਂ ਉਹ ਕਰਾਂਗੇ, ਪਹਿਲਾਂ ਇਹਨਾਂ ਦਾ ਕਰਾਂਗੇ, ਉਦੋਂ ਬਾਅਦ ਜੋ ਸਾਡੀ ਮਤਲਬ ਮੇਰੀ ਵਾਈਫ ਨਾਲ ਉਹਨਾਂ ਨੇ ਬਦਤਮੀਜ਼ੀ ਕੀਤੀ ਹੈ, ਅਸੀਂ ਉਹਦਾ ਮਤਲਬ ਸਪਸ਼ਟੀਕਰਨ ਲੈਣਾ ਵੀ ਕੀ ਤੈਨੂੰ ਕਿਹਨੇ ਅਧਿਕਾਰ ਦਿੱਤਾ ਸੀ ਇਹ ਬੁੜੀਆਂ ਨੂੰ ਇਸ ਤਰ੍ਹਾਂ ਬੋਲਣ ਦਾ। ਹਾਂਜੀ ਸਰ, ਮੈਂ ਪਹਿਲਾਂ ਸਾਬਕਾ MC ਸੀ, ਅਸੀਂ ਮੌਜੂਦਾ MC ਸੀ, ਹੁਣ ਸਾਬਕਾ MC ਹਾਂ ਅਸੀਂ, ਉਹਨਾਂ ਨੂੰ ਕਿਹਾ ਵੀ ਸਰ ਜਦੋਂ ਐਂਟਰ ਹੋਏ ਵੀ ਸਰ ਗੱਲ ਦੱਸੋ ਕੀ ਆ, ਕਿਸ ਤੋਂ ਆਏ ਆ ਵੀ SHO ਸਾਹਿਬ, ਕਹਿੰਦੇ ਜੀ ਅਸੀਂ ਕੁਛ ਨੀ ਕਹਿੰਦੇ, ਤੇ ਅੰਦਰ ਵੜ ਗਏ, ਜਾ ਕੇ ਲਵਾਰੀਆਂ ਫਰੋਲਤੀਆਂ, ਬੁੜੀਆਂ ਵਾਲੇ ਪੜਦੇ ਵਾਲੇ ਲੀੜੇ ਵੀ ਉਹਨਾਂ ਨੇ ਫੁੱਲ ਫੁੱਲ ਸਿੱਟੇ ਪਏ, ਜਾ ਕੇ ਦੇਖ ਲਓ ਉਦਾਂ ਹੀ ਪਏ ਆ, ਅਸੀਂ ਇਕੱਠੇ ਨੀ ਕਰੇਗੇ, ਤੇ ਮੈਂ ਕਿਹਾ ਵੀ ਅਸੀਂ ਸਾਬਕਾ MC ਹਾਂ ਜੀ, ਕੋਈ ਗੱਲ ਨੀ, ਤੁਹਾਨੂੰ ਕੋਲੇ ਖੜ ਕੇ ਅਸੀਂ ਤਲਾਸੀ ਦਵਾਉਂਦੇ ਆ। ਕਹਿੰਦੇ ਨਹੀਂ ਤੁਹਾਨੂੰ, ਤੁਸੀਂ ਸਾਬਕਾ MC, ਤੁਹਾਨੂੰ ਹੁਣੇ ਨਾ ਅਸੀਂ ਮੌਜੂਦਾ MC ਬਣਾ ਦਈਏ, ਤੇ ਮੇਰੀ ਬੇਟੀ ਨੇ ਕਿਹਾ ਕਹਿੰਦੀ ਸਰ ਤੁਹਾਨੂੰ ਬੋਲਣ ਦੀ ਤਮੀਜ਼ ਹੈਗੀ, ਲੇਡੀਜ਼ ਨਾਲ ਗੱਲ ਕਿਵੇਂ ਕਰ ਰਹੇ ਆ, ਮੁੜ ਕੇ ਠੰਡੇ ਜੇ ਹੋਏ ਤੇ ਨਹੀਂ ਤਾਂ ਗਲਤ ਬਹੁਤ ਬੋਲਦੇ ਸੀਗੇ। ਜਦੋਂ ਮਤਲਬ ਇੱਥੇ ਥਾਣੇ ਜਾ ਕੇ ਉਦੋਂ ਫਿਰ MC ਸਾਹਿਬ ਲਾ ਕੇ ਕਹਿਣਾ ਆ ਹੁਣ ਸਾਡੇ ਮਗਰ ਸਾਡਾ ਕਿੰਨਾ ਸਾਡਾ ਭੈਣ ਭਰਾ ਆਏ ਵੇ ਆ, ਜੋ ਵੀ ਆਇਆ ਵਾ ਇਹ ਇਕੱਲੇ ਇਕੱਲੇ ਨੂੰ ਪੁੱਛ ਲਓ ਵੀ ਇਹ ਬੰਦਿਆਂ ਦੀ ਛਵੀ ਕਿਸ ਤਰ੍ਹਾਂ ਦੀ ਹੈ, ਤੁਹਾਨੂੰ ਆਪੇ ਦੱਸ ਦੇਣਗੇ। ਅੱਛਾ, ਜੇ ਸਾਡੇ ਮੇਰੇ ਭਰਾਵਾਂ ਦੇ ਵਿੱਚ ਕੋਈ ਵੀ ਖੋਟ ਹੋਵੇ ਜਾਂ ਕਿਸੇ ਪ੍ਰਤੀ ਦਾ ਵੀ ਕੋਈ ਨੁਕਸ ਹੋਵੇ ਤਾਂ ਕਾਨੂੰਨੀ ਕਾਰਵਾਈ ਨਹੀਂ, ਚੌਂਕ 'ਚ ਖੜਾ ਕੇ ਅਸੀਂ ਆਪ ਗੋਲੀ ਮਾਰਾਂਗੇ, ਹੋਰ ਦੱਸੋ ਕੋਈ ਪਹਿਲਾਂ ਸੁਣਵਾਈ ਨਹੀਂ ਹੋਵੇ ਸਾਡੀ। ਆ ਬਾਕੀ ਆ ਸਾਡੇ ਮਹੱਲੇ ਵਾਲੇ ਪਕੜੇ ਆ, ਇਕੱਲੇ ਇਕੱਲੇ ਨੂੰ ਪੁੱਛ ਲਓ ਵੀ ਇਹਨਾਂ ਦੇ ਬਾਰੇ ਕੀ ਬੰਦੇ ਕੀ ਕਹਿੰਦੇ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਇਹਨਾਂ ਦਾ ਬ੍ਰਦਰ ਹੈ ਜਿਹੜਾ ਢੋਲਕ ਦਾ ਕੰਮ ਕਰਦਾ ਜੀ, ਜਿਸ ਸਮੇਂ ਚੋਰੀ ਹੋਈ ਸੀ ਉਸ ਸਮੇਂ ਦੇ ਵਿੱਚ ਕੀ ਤੁਹਾਡੇ ਕੋਲੇ? ਆਪਣੇ 11ਵੀਂ ਦਾ ਪ੍ਰੋਗਰਾਮ ਸੀ ਘਰੇ ਦਰਬਾਰ ਤੇ, ਤੇ ਸਵੇਰ ਤੋਂ ਲੈ ਕੇ ਜਾਨੀ ਸ਼ਾਮ ਦੇ 8 ਵਜੇ ਤੱਕ 8 ਤੋਂ 8 ਬੱਚਾ ਮੇਰੇ ਕੋਲੇ ਸੀ, ਵੀਰਵਾਰ ਦੀ ਵੀਰਵਾਰ ਮੇਰੇ ਕੋਲੇ ਹੀ ਹੁੰਦੇ ਆ, ਆ ਵੀ ਬੱਚਾ ਮੇਰੀ ਟੀਮ 'ਚ ਆ, ਇਹ ਵੀ ਬੱਚੇ ਮੈਨੂੰ ਜਾਣਦੇ ਆ, ਉਹ ਵੀ ਮੇਰੀ ਟੀਮ 'ਚ ਆ, ਆ ਵੀ ਮੇਰੇ ਬੱਚੇ ਹੀ ਆ, ਸਾਰਾ ਮਹੱਲਾ ਜਾਣੀ ਮੇਰੇ ਨਾਲ ਜਾਣੂ ਆ, ਮੇਰੀ ਆਉਣੀ ਜਾਣੀ ਆ ਚੰਗੀ, ਜਿਹੜਾ ਇਲਜ਼ਾਮ ਲਾਇਆ ਨੱਕਾ ਇਲਜ਼ਾਮ ਲਾਇਆ, ਇਹਦਾ ਇਨਸਾਫ ਮਿਲਣਾ ਚਾਹੀਦਾ। ਉਹਨਾਂ ਨਾਲ ਗੱਲਬਾਤ ਇਸ ਤਰ੍ਹਾਂ ਹੋਈ ਆ ਵੀ ਅਸੀਂ ਉਹਨਾਂ ਨੂੰ ਦੱਸਤਾ ਵੀ ਸਾਡਾ ਬਾਬਾ ਜੀ ਚੋਰੀ ਨਾਲ ਕੋਈ ਸੰਬੰਧ ਨਹੀਂ, ਉਹ ਕਹਿੰਦੇ ਜੀ ਅਸੀਂ ਆਪਦੀ ਮਤਲਬ ਕਾਰਵਾਈ ਜੋ ਪੁੱਛਦੱਸ ਕਰਨੀ ਆ ਛਾਣਬੀਣ ਕਰਨੀ ਉਹ ਕਰ ਰਹੇ ਹਾਂ, ਵੀ ਤੁਹਾਡਾ ਬੰਦੇ ਤੇ ਜੇ ਤਾਂ 1% ਬੰਦਾ ਹੋਇਆ ਤਾਂ ਅਸੀਂ ਬਾਈ ਕਾਰਵਾਈ ਕਰਾਂਗੇ, ਬਟ ਤੁਹਾਡੀ ਕਾਰਵਾਈ ਜੇ ਨਾ ਹੀ ਹੋਇਆ ਤਾਂ ਕਹਿੰਦਾ ਤੁਹਾਡੇ ਬੰਦੇ ਨੂੰ ਅਸੀਂ ਹੱਥ ਵੀ ਨਹੀਂ ਲਾਉਂਦੇ, ਠੀਕ ਆ, ਅਸੀਂ ਪੁਲਿਸ ਦਾ ਸਮਰਥਨ ਦੇਵਾਂਗੇ, ਜਿੱਦੇ ਵੀ ਕੋਈ ਲੋੜ ਹੋਵੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ, ਜਦੋਂ ਵੀ ਇਹ ਬੁਲਾਉਣਗੇ ਅਸੀਂ ਇਹਨਾਂ ਦੇ ਨਾਲ ਹਾਜ਼ਰ ਹੋਵਾਂਗੇ, ਜੋ ਵੀ ਸਾਨੂੰ ਪੁੱਛਣ ਦੱਸਣਗੇ ਅਸੀਂ ਆਪਦਾ ਇਹਨਾਂ ਨੂੰ ਬਿਆਨ ਦੇ ਕੇ ਜਾਵਾਂਗੇ। ਜੋ ਵੀ ਮੈਸੇਜ ਵਾਲੀ ਗੱਲ ਸੀ ਉਹ ਕਲੀਅਰ ਹੋ ਗਈ? ਹਾਂ, ਉਹ ਇਹਨਾਂ ਨਾਲ ਕਲੀਅਰ ਹੋ ਚੁੱਕੀ ਹੈ ਜੀ। ਸ਼ੱਕ ਦੇ ਆਧਾਰ ਤੇ ਕੋਈ ਨੌਜਵਾਨ ਚੱਕੇ ਗਏ ਸੀਗੇ ਤੇ ਉਹਨਾਂ ਵੱਲੋਂ ਜਿਹੜਾ ਮੈਸੇਜ ਦਾ ਜਿਹੜਾ ਘੱਟ ਦੇ ਇਲਜ਼ਾਮ ਲਗਾਇਆ ਗਿਆ, ਕੀ ਕਹਿਣਾ ਤੁਹਾਡਾ? ਇਹ ਜੀ, ਇੱਕ ਸਾਡੇ ਨਿਹਾਲ ਸਿੰਘ ਵਾਲੇ ਦੇ ਵਿੱਚ ਨਾ ਇੱਕ ਪਰਸੋਂ ਤਕਰੀਬਨ 1 ਵਜੇ ਦੇ ਕਰੀਬ 1:42 ਤੇ ਕੋਈ ਚੋਰੀ ਹੋਈ ਹੈ, ਉਹਦੇ ਵਿੱਚ ਕੋਈ 3-4 ਲੱਖ ਰੁਪਈਆ ਦੱਸਿਆ ਤੇ ਕੁਛ ਸੋਨਾ ਗੋਲਡ, ਉੱਥੇ ਅਸੀਂ ਉੱਥੇ ਜਾ ਕੇ ਮੌਕੇ 'ਤੇ ਪਹੁੰਚ ਕੇ ਜਿਹੜੀ ਉਹਦੀ ਅਸੀਂ ਫੁਟੇਜ ਵਗੈਰਾ ਚੱਕੀ ਹੈ, ਅਤੇ ਉਹ ਫੋਟੋ ਵਗੈਰਾ 'ਤੇ ਜੋ ਵੀ ਆਉਂਦਾ ਵਾ ਅਸੀਂ ਉਹਦੇ ਆਧਾਰ 'ਤੇ ਅਸੀਂ ਦੋ ਬੰਦੇ ਜਿਨ੍ਹਾਂ 'ਤੇ ਸਾਨੂੰ ਇਹਨਾਂ ਨੇ
ਘਰਦਿਆਂ ਨੇ ਯਾਦ ਕੀਤਾ ਸੀ ਵੀ ਇਹ ਬੰਦੇ ਹੋ ਸਕਦੇ ਆ, ਉਹਨਾਂ ਨੂੰ ਅਸੀਂ ਲਿਆ ਕੇ ਅਤੇ ਉਹਨਾਂ ਨੂੰ ਅਸੀਂ ਪੁੱਛ ਗਿੱਛ ਵਗੈਰਾ ਕੀਤੀ ਸੀ ਅਤੇ ਹੁਣ ਅਸੀਂ ਉਹਨਾਂ ਦੇ ਨਾਲ ਕੋਈ ਮਾਰ ਕੁੱਟ ਵਾਲੀ ਇਹੋ ਜਿਹੀ ਗੱਲ ਨਹੀਂ ਹੋਈ ਜੀ, ਅਤੇ ਬਾਕੀ ਇਹਦੀ ਪੁੱਛ ਗਿੱਛ ਕਰ ਰਹੇ ਹਾਂ ਅਤੇ ਬਾਕੀ ਅਸੀਂ ਇਹਨਾਂ ਨੂੰ ਦੇਤੇ ਸੀ, ਅਸੀਂ ਹੁਣ ਆਪਣੇ ਤਰੀਕੇ ਦੇ ਨਾਲ ਇਹਨੂੰ ਡੀਲ ਕਰ ਰਹੇ ਹਾਂ। ਜੇ ਕੋਈ ਇਹੋ ਜਿਹੀ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਏਗੀ, FIR ਅਸੀਂ ਦਰਜ ਕਰ ਚੁੱਕੇ।